أعوذ بالله من الشيطان الرجيم بسم الله الرحمن الرحيم ਕੀ ਗੱਲ ਇੱਕ ਦੂਜੇ ਨੂੰ ਪੁੱਛਦੇ ਨੇ ਉਹ ਬੜੀ ਗੱਲ ਜਿਸ ਵਿੱਚ ਉਹ ਕਈ ਗੱਲਾਂ ਕਰਦੇ ਨੇ ਇੰਜ ਨਹੀਂ ਹੁਣੇ ਜਾਣ ਲੈਣਗੇ ਫਿਰ ਵੀ ਇੰਜ ਨਹੀਂ ਹੁਣੇ ਜਾਣ ਲੈਣਗੇ ਭਲਾ ਨਹੀਂ ਬਣਾਈ ਅਸਾਂ ਜ਼ਮੀਨ ਵਿਛਾਉਣਾ ਤੇ ਪਹਾੜ ਮੇਖਾਂ ਤੇ ਬਣਾਇਆ ਅਸਾਂ ਤੁਹਾਨੂੰ ਜੋੜੇ ਜੋੜੇ ਤੇ ਬਣਾਈ ਅਸਾਂ ਨੀਂਦ ਤੁਹਾਡੀ ਆਰਾਮ ਤੇ ਬਣਾਇਆ ਅਸੀਂ ਰਾਤ ਪਰਦਾ ਤੇ ਬਣਾਇਆ ਅਸਾਂ ਦਿਨ ਵਕਤ ਗੁਜ਼ਾਰਾ ਤੋਰਨ ਦਾ ਤੇ ਬਣਾਏ ਅਸਾਂ ਉੱਤੇ ਤੁਹਾਡੇ ਸੱਤ ਅਸਮਾਨ ਪੱਕੇ ਤੇ ਬਣਾਇਆ ਅਸਾਂ ਦੀਵਾ ਗਰਮ ਚਮਕਦਾ ਤੇ ਉਤਾਰਿਆ ਅਸਾਂ ਨੁਚੜਦੀਆਂ ਬੱਦਲਾਂ ਤੋਂ ਪਾਣੀ ਦਾ ਰੇੜ ਤਾਂ ਅਸੀਂ ਕੱਢੀ ਉਸ ਨਾਲ ਦਾਣੇ ਤੇ ਅੰਗੂਰੀ ਬਾਗ ਸੰਘਣੇ ਨਤਾਰੇ ਦਾ ਦਿਨ ਜ਼ਰੂਰ ਇੱਕ ਵਕਤ ਹੈ ਠਹਿਰਿਆ ਹੋਇਆ ਜਿਸ ਦਿਨ ਫੂਕ ਵਜੇਗੀ ਕਰਨਾ ਵਿੱਚ ਫਿਰ ਚਲੇ ਆਓਗੇ ਫੌਜ ਫੌਜ ਬਣ ਕੇ ਤੇ ਪਾਟ ਜਾਏਗਾ ਅਸਮਾਨ ਫਿਰ ਰਹਿ ਜਾਏਗਾ ਦਰਵਾਜ਼ੇ ਦਰਵਾਜ਼ੇ ਬਣ ਕੇ ਫਿਰ ਤੋਰੇ ਜਾਣਗੇ ਪਹਾੜ ਫਿਰ ਹੋ ਜਾਣਗੇ ਪੱਖ ਦੋਜ਼ਖ ਜ਼ਰੂਰ ਛੋਹ ਲਾਣੇ ਦੀ ਜਗ੍ਹਾ ਹੈ ਅੱਧੋ ਲੰਘਣ ਵਾਲਿਆਂ ਦਾ ਟਿਕਾਣਾ ਹੈ ਠਹਿਰਨਗੇ ਉਸ ਵਿੱਚ ਲੰਮੀਆਂ ਮੁੱਦਤਾਂ ਨਾ ਚੱਖਣਗੇ ਉੱਥੇ ਸਵਾਦ ਠੰਡ ਦਾ ਤੇ ਨਾ ਪੀਣ ਦੀ ਚੀਜ਼ ਦਾ ਪਰ ਸਰਦਾ ਪਾਣੀ ਤੇ ਲਹੂ ਪੀਪ ਸਜ਼ਾ ਮੁਆਫਿਕ ਕਰਤੱਬ ਦੇ ਉਹ ਜ਼ਰੂਰ ਉਮੀਦ ਨਹੀਂ ਰੱਖਦੇ ਸਨ ਲੇਖਾ ਦੇਣ ਦੀ ਝੁਠਲਾਈਆਂ ਨੇ ਸਾਡੀਆਂ ਆਇਤਾਂ ਨੂੰ ਸਾਫ਼ ਝੂਠਾ ਆਖ ਕੇ ਤੇ ਹਰ ਹਰ ਚੀਜ਼ ਅਸਾਂ ਗਿਣ ਰੱਖੀ ਹੈ ਲਿਖ ਕੇ ਹੁਣ ਸਵਾਦ ਲਓ ਅਸੀਂ ਹਰਗਿਜ਼ ਵਧੇਰਾ ਨਾ ਦੇਵਾਂਗੇ ਤੁਹਾਨੂੰ ਸਵਾਦ ਅਜ਼ਾਬ ਦੇ ਬਚ ਕੇ ਤੁਰਨ ਵਾਲਿਆਂ ਦੀ ਜ਼ਰੂਰ ਮੁਰਾਦ ਪੂਰੀ ਹੋਣੀ ਹੈ ਬਾਗ ਨੇ ਤੇ ਅੰਗੂਰ ਤੇ ਨੌਜਵਾਨ ਔਰਤਾਂ ਇੱਕੋ ਹਾਣਦੀਆਂ ਤੇ ਜਾਮ ਸ਼ਰਾਬ ਦਾ ਉਛਲਦਾ ਨਾ ਸੁਣਨਗੇ ਉੱਥੇ ਬਕਵਾਸ ਤੇ ਨਾ ਚੁਠਲਾਣਾ ਜਜ਼ਾ ਤੇਰੇ ਰੱਬ ਵੱਲੋਂ ਇਨਾਮ ਬਹੁਤਾ ਰੱਬ ਆਸਮਾਨਾਂ ਤੇ ਜ਼ਮੀਨ ਦਾ ਤੇ ਉਹਨਾਂ ਦੋਵਾਂ ਦੇ ਵਿਚਕਾਰ ਦੀ ਚੀਜ਼ ਦਾ ਵੱਡੀ ਮਿਹਰ ਦਾ ਕੁਦਰਤ ਨਹੀਂ ਨੇ ਉਸ ਨਾਲ ਗੱਲ ਕਰਨ ਦੀ ਜਿਸ ਦਿਨ ਖਲੋਵੇਗਾ ਰੂਹ ਤੇ ਫਰਿਸ਼ਤੇ ਸਫ਼ ਬਣ ਕੇ ਕੁਝ ਨਹੀਂ ਬੋਲਦੇ ਪਰ ਜਿਸ ਨੂੰ ਹੁਕਮ ਦਿੱਤਾ ਰਹਿਮਾਨ ਨੇ ਤੇ ਬੋਲਿਆ ਵੀ ਠੀਕ ਗੱਲ ਉਹ ਹੈ ਦਿਨ ਸੱਚ ਦਾ ਫਿਰ ਜਿਹੜਾ ਬਣਾ ਲਏ ਆਪਣੇ ਰੱਬ ਕੋਲ ਆਉਣ ਦਾ ਟਿਕਾਣਾ ਅਸਾਂ ਡਰਾ ਦਿੱਤਾ ਤੁਹਾਨੂੰ ਨੇੜੇ ਆਏ ਅਜ਼ਾਬ ਤੋਂ ਜਿਸ ਦਿਨ ਵੇਖ ਲਏਗਾ ਆਦਮੀ ਜੋ ਕੁਛ ਅੱਗੇ ਘੱਲਿਆ ਸੀ ਉਹਦੇ ਹੱਥਾਂ ਨੇ ਤੇ ਆਖੇਗਾ ਬੇਈਮਾਨ ਹੈ ਮੈਨੂੰ ਮੈਂ ਖਾਕ ਹੁੰਦਾ